ਲੋਕ ਸਭਾ ਚੁਣਾਵਾਂ ਕੇ ਮੱਦੇਨਜ਼ਰ ਜ਼ਿਲ੍ਹਾਧੀਸ਼ ਪਠਾਨਕੋਟ ਆਦਿਤਯ ਉੱਪਲ ਕੀ ਤਰਫ ਸੇ ਬੁਲਾਈ ਪ੍ਰੈਸ ਵਾਰਤਾ ਕੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚੁਣਾਵਾਂ ਕੋ ਲੇਕਰ ਕੀ ਗਈ ਤਿਆਰੀਆਂ ਕੀ ਜਾਣਕਾਰੀ ਦੀ ਗਈ। ਜ਼ਿਲ੍ਹਾਧੀਸ਼ ਨੇ ਬਤਾਇਆ ਕਿ ਚੁਣਾਵਾਂ ਕੋ ਲੇਕਰ ਅਲੱਗ ਅਲੱਗ ਟੀਮੇ ਬਣਾਈ ਗਈ ਹੈ, ਜੋ ਕਿ ਸ਼ਰਾਬ, ਨਕਦੀ ਔਰ ਕੋਡ ਆਫ ਕੰਡਕਟ ਤੋੜਨੇ ਵਾਲੋਂ ਪਰ ਪੈਨੀ ਨਜ਼ਰ ਰੱਖੇਗੀ। ਇਸੀ ਕੇ ਸਾਥ ਹੀ ਆਮ ਲੋਕ ਵੀ ਕਿਸੀ ਵੀ ਤਰ੍ਹਾਂ ਕੀ ਸ਼ਿਕਾਇਤ ਵਿਜ਼ਨ ਐਪ ਕੇ ਮਾਧਿਅਮ ਸੇ ਆਪਣੇ ਫੋਨ ਸੇ ਕਿਸੀ ਵੀ ਸਮੇਂ ਪਰ ਕਰ ਸਕੇਂਗੇ। ਦੇਖੋ, ਮੋਡ ਆਫ ਕੰਡਕਟ, ਮੋਡਲ ਕੋਡ ਆਫ ਕੰਡਕਟ, ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੱਲ੍ਹ 3 ਵਜੇ ਤੋਂ ਬਾਅਦ ਇਟ ਇਜ਼ ਨਾਓ ਅਮਲ ਵਿੱਚ ਆ ਚੁੱਕਿਆ ਹੈ, ਅਤੇ ਇਹਦੇ ਵਿੱਚ ਬਹੁਤ ਸਾਰੀ ਹਦਾਇਤਾਂ ਹੈਗੀਆਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ, ਜਿਨ੍ਹਾਂ ਦੀ ਇਨ ਬਿਨ ਪਾਲਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਸਭ ਤੋਂ ਪਹਿਲੀ ਮੈਂ ਕੁਛ ਉਹਨਾਂ ਦੇ ਵਿੱਚੋਂ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੀ ਹੈਗੀ ਹੈ ਕਿ ਰਿਗਾਰਡਿੰਗ ਡਿਫੇਸਮੈਂਟ ਆਫ ਪਬਲਿਕ ਪ੍ਰੋਪਰਟੀ, ਜਿਹੜੀ ਕਿ ਸਰਕਾਰੀ ਪ੍ਰੋਪਰਟੀ ਹੈਗੀ ਹੈ, ਵੈਦਰ ਇਟ ਇਜ਼ ਅ ਗਵਰਨਮੈਂਟ ਓਨ ਪ੍ਰੋਪਰਟੀ ਔਰ ਇਟ ਇਜ਼ ਅ ਪਬਲਿਕ ਪ੍ਰੋਪਰਟੀ ਐਟਸੈਟਰਾ, ਅਤੇ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਡਿਫੇਸਮੈਂਟ ਕਰਨੀ, ਭਾਵੇਂ ਕੋਈ ਝੰਡਾ ਲਗਾਉਣਾ ਪੋਲੀਟੀਕਲ, ਕੋਈ ਫਲੈਕਸ ਲਗਾਉਣਾ, ਕੋਈ ਹੋਰਡਿੰਗ ਲਗਾਉਣਾ, ਇਹਨਾਂ ਦੇ ਵਿੱਚੋਂ ਕੁਛ ਵੀ ਅਲਾਊਡ ਨਹੀਂ ਹੈਗਾ ਹੈ। ਇਹਦੇ ਨਾਲ ਦੀ ਨਾਲ ਪ੍ਰਾਈਵੇਟ ਜਿਹੜੀ ਬਿਲਡਿੰਗਸ ਹੈਗੀਆਂ ਉਹਨਾਂ ਦੇ ਉੱਪਰ ਵਿਦਾਊਟ ਪਰਮਿਸ਼ਨ ਕਿਸੇ ਵੀ ਤਰੀਕੇ ਦੀ, ਉਹਨਾਂ ਦੀ ਜਿਹੜਾ ਓਨਰ ਹੈਗਾ ਉਸ ਪ੍ਰੋਪਰਟੀ ਦਾ, ਪ੍ਰਾਈਵੇਟ ਪ੍ਰੋਪਰਟੀ ਦਾ, ਉਹਦੀ ਪਰਮਿਸ਼ਨ ਤੋਂ ਬਿਨਾਂ ਇਹ ਲੋਕਾਂ ਨਾਲ ਅਲੱਗ ਅਲਾਊਡ ਨਹੀਂ ਹੈ। ਕੋਈ ਵੀ ਪੋਲੀਟੀਕਲ ਰੈਲੀ ਜਿਹੜੀ ਹੈਗੀ ਹੈ ਜਾਂ ਕੋਈ ਵੀ ਪੋਲੀਟੀਕਲ ਫੰਕਸ਼ਨ ਜਾਂ ਕੋਈ ਵੀ ਕੈਂਪੇਨ, ਉਹ ਵਿਦਾਊਟ ਪਰਮਿਸ਼ਨ ਅਲਾਊਡ ਨਹੀਂ ਹੈਗਾ ਹੈ, ਅਤੇ ਉਹਦੀ ਪਰਮਿਸ਼ਨ ਜਿਹੜੀ ਹੈਗੀ ਹੈ ਉਹ ਸੁਵਿਧਾ ਪੋਰਟਲ ਰਾਹੀਂ ਉਹਦੀ ਪਰਮਿਸ਼ਨ ਲਈ ਜਾ ਸਕਦੀ ਹੈ। ਥਰਡ ਵੁੱਡ ਵੀ ਕੋਈ ਵੀ ਔਫੀਸ਼ੀਅਲ ਵਹੀਕਲ ਜਿਹੜਾ ਹੈਗਾ ਹੈ ਉਹਨੂੰ ਇਲੈਕਸ਼ਨ ਕੈਂਪੇਨਿੰਗ ਪਰਪਜ਼ ਦੇ ਲਈ ਉਸ ਚੀਜ਼ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਜੇ ਪਬਲਿਕ ਨੂੰ ਲੱਗਦਾ ਹੈ ਕਿ ਕਿਤੇ ਵੀ ਕੋਈ ਵਾਇਲੇਸ਼ਨ ਹੈਗੀ ਹੈ ਇਲੈਕਸ਼ਨ ਰਿਲੇਟਡ, ਅਤੇ ਉਹ ਸੀ ਵਿਜਲ ਐਪ ਜਿਹੜੀ ਕਿ ਉਹ ਬੜੀ ਆਸਾਨੀ ਦੇ ਨਾਲ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਨੇ, ਅਤੇ ਸੀ ਵਿਜਲ ਐਪ ਦੇ ਵਿੱਚ ਤੁਸੀਂ ਆਪਣੀ ਕੰਪਲੇਂਟ ਦਰਜ ਕਰਾ ਸਕਦੇ ਹੋ, ਅਤੇ ਉਹਦੇ ਨਾਲ ਉਹਦੀ ਫੋਟੋ, GPS ਲੋਕੇਸ਼ਨ ਵੀ ਆ ਜਾਏਗੀ ਜਿੱਥੇ ਵਾਇਲੇਸ਼ਨ ਹੈਗੀ ਹੈ, ਅਤੇ 100 ਮਿੰਟ ਦੇ ਅੰਦਰ ਅੰਦਰ ਉਹਦੇ ਉੱਪਰ ਕਾਰਵਾਈ ਹੋ ਜਾਏਗੀ। ਦੇਖੋ, ਸਾਡੇ ਫਲਾਇੰਗ ਸਕੁਆਡਸ ਹੈਗੀਆਂ ਜਿਹੜੀ ਕਿ ਐਕਟਿਵ ਹੈਗੀਆਂ, ਇੱਕ ਸਟੈਟਿਕ ਸਰਵੇਲੈਂਸ ਟੀਮਸ ਹੈਗੀਆਂ ਜਿਹੜੀ ਕਿ ਆਪਣੇ ਨਾਕੇ ਲਗਾਉਂਦੀਆਂ ਹੈਗੀਆਂ, ਉਸ ਤੋਂ ਇਲਾਵਾ ਸਾਡੀ ਵੀਡੀਓ ਸਰਵੇਲੈਂਸ ਟੀਮਸ ਹੈਗੀਆਂ ਜਿਹੜੀ ਇਲੈਕਸ਼ਨ ਰਿਲੇਟਡ ਜਿਹੜਾ ਐਕਸਪੈਂਡੀਚਰ ਹੈ ਉਹਦੀ ਮੋਨੀਟਰਿੰਗ ਕਰਦੀਆਂ ਨੇ ਇਹ ਟੀਮਾਂ। ਇਸ ਤੋਂ ਇਲਾਵਾ ਵੀਡੀਓ ਵਿਊਇੰਗ ਟੀਮ ਹੈ ਜਿਹੜੀ ਉਸਦਾ ਰਿਕਾਰਡ ਰੱਖਦੀਆਂ, ਅਤੇ ਇਸ ਤੋਂ ਇਲਾਵਾ ਵੱਖ ਵੱਖ ਜਿਹੜੀ ਏਜੰਸੀਜ਼ ਹੈਗੀਆਂ ਜਿਵੇਂ ਕਿ ਐਕਸਾਈਜ਼ ਦੀ, ਇਨਕਮ ਟੈਕਸ ਦੀ, ਇਹ ਟੀਮਾਂ ਹੈਗੀਆਂ ਜਿਹੜੀ ਕਿ ਮੂਵਮੈਂਟ ਆਫ ਲਿਕਰ, ਮੂਵਮੈਂਟ ਆਫ ਕੈਸ਼, ਠੀਕ ਹੈ, ਅਤੇ ਉਸ ਤੋਂ ਇਲਾਵਾ ਜਿਹੜੀ ਇੱਕ ਟੀਮ ਡਰੱਗਸ ਡਿਪਾਰਟਮੈਂਟ ਦੀ, ਡਰੱਗ ਕੰਟਰੋਲ ਡਿਪਾਰਟਮੈਂਟ ਦੀ ਵੀ ਹੈਗੀ ਹੈ, ਜਿਹੜੀ ਕਿ ਜੇ ਕੋਈ ਕਿਤੇ ਕੋਈ ਡਰੱਗਸ ਦੀ ਟ੍ਰਾਂਸਫਰ ਹੋ ਰਹੀ ਹੈ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ 'ਤੇ ਕਾਰਵਾਈ ਕਰਦੀਆਂ ਨੇ। ਕਿ ਜਿਹੜਾ ਤੁਸੀਂ ਝੰਡਾ ਲਗਾਉਣਾ ਹੈ ਉਹਦੀ ਕਿੰਨੀ ਡਾਇਮੈਂਸ਼ਨ ਹੋ ਸਕਦੀਆਂ ਨੇ, ਜਿੰਨੀ ਤੁਹਾਡਾ ਕੈਵਲਕੇਡ ਹੈਗਾ ਉਹਦੇ ਵਿੱਚ ਇੱਕ ਪੁਆਇੰਟ 'ਤੇ ਕਿੰਨੀ ਵਹੀਕਲਸ ਤੁਸੀਂ ਯੂਜ਼ ਕਰਦੇ ਹੋ, ਸਾਰੀ ਹਦਾਇਤਾਂ ਦਿੱਤੀਆਂ ਹੋਈਆਂ। ਅਸੀਂ ਪੋਲੀਟੀਕਲ ਪਾਰਟੀਜ਼ ਨਾਲ ਇੱਕ ਸੈਪਰੇਟ ਮੀਟਿੰਗ ਕਰਕੇ ਪੂਰੀ ਹਦਾਇਤਾਂ ਉਹਨਾਂ ਨੂੰ ਹੈਂਡ ਓਵਰ ਕਰ ਰਹੇ ਹਾਂ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ 'ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ 'ਚ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ 'ਚ ਹਾਜ਼ਰ ਹੈ। ਧੰਨਵਾਦ।